ਕੱਦਮਾ ਨੰਬਰ 247 ਰਜਿਸਟਰ ਕੀਤਾ ਗਿਆ ਸੀਗਾ 2010 2021 ਨੂੰ थाना ਡਵੀ ਨੰਬਰ 3 ਦੇ ਵਿੱਚ ਅਨਿਲ ਰੋੜਾ ਤੇ ਉਹਦੇ ਹੋਰ ਸਾਥੀਆਂ ਦੇ ਖਿਲਾਫ ਵੱਖ-ਵੱਖ ਤਾਰਾ ਜਿਹੜੀਆਂ ਉਹਦੇ ਤੇ ਲਾਈਆਂ ਗਈਆਂ ਨੇ 295 153 ਇਹ 212 16 120 ਬੀ ਆਈਪੀਸੀ ਔਰ ਉਹਦੇ ਵਿੱਚ ਅਸੀਂ 6 ਮੁਲਜ਼ਮ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ ਚੋਂ ਇੱਕ ਫੈਮਿਲੀ ਮੈਂਬਰ ਤੇ ਜਿਹੜੇ ਵੀ ਲੋਕ ਉਹਦੀ ਉਹਨੂੰ ਪਨਾਹ ਦਿੱਤੀ ਸੀ ਅਨਿਲ ਰੋੜੇ ਨੂੰ ਔਰ ਜਿੰਨੇ ਵੀ ਉਹਦੇ ਸਾਥੀ ਸੀਗੇ ਉਸੇ ਲੜੀ ਦੇ ਵਿੱਚ ਵੱਖ-ਵੱਖ ਟੀਮਾਂ ਲੱਖ-ਵੱਖ ਸਟੇਟਾਂ ਦੇ ਵਿੱਚ ਔਰ ਉਹਦੇ ਬਾਕੀ ਸਾਥੀਆਂ ਤੋਂ ਪੁੱਛਗਿੱਛ ਕਰਨ ਲਈ ਛਾਪੇ ਮਾਰਨ ਲਈ ਸਾਡੀਆਂ ਗਈਆਂ ਹੋਈਆਂ ਔਰ ਉਥੇ ਜਿਹੜੇ ਉਹਨੂੰ ਬੜੇ ਫਾਸਟ ਟਰੈਕ ਤੇ ਲੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸੇ سلسلے 'ਚ ਇਨਵੈਸਟੀਗੇਸ਼ਨ ਕਰਦੇ ਹੋਏ ਉਮੇਸ਼ ਜਿਹੜਾ ਹੈਗਾ ਗਾਂਧੀ ਉਮੇਸ਼ ਕੁਮਾਰ ਗਾਂਧੀ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਲੁਧਿਆਣੇ ਦਾ ਰਹਿਣ ਵਾਲਾ ਹੈ ਇਹ ਉਹਦਾ ਸਾਥੀ ਆ ਔਰ ਇਹਨੇ ਆਪਣੇ ਬੈਂਕ ਖਾਤੇ ਚ 1 ਲੱਖ ਰੁਪਇਆ ਕਢਾ ਕੇ ਉਹਦੀ ਮਦਦ ਕੀਤੀ ਸੀਗੀ ਉਹਨੂੰ ਪੁਚਾਇਆ ਸੀ ਇਹਦੀ ਵੀ ਅੱਜ ਗ੍ਰਿਫਤਾਰੀ ਕੀਤੀ ਗਈ ਹੈ ਔਰ ਇਹਦੀ ਪੁੱਛਗਿੱਛ ਹੋਰ ਡਿਟੇਲ ਨਾਲ ਕੀਤੀ ਜਾ ਰਹੀ ਹੈ ਕਿ ਕੀ ਕੀ ਲਿੰਕ ਸੀ ਇਹਨਾਂ ਦੇ ਔਰ ਕਿਸ ਤਰ੍ਹਾਂ ਇਹਨੇ ਉਹਨੂੰ ਮਦਦ ਕੀਤੀ ਜਦੋਂ ਕਿ ਉਹ ਏਡੇ ਵੱਡੇ ਗੁਨਾਹ ਦੇ ਵਿੱਚ ਵਾਂਟਡ ਸੀ ਇਸ ਤੋਂ ਇਲਾਵਾ ਉਮੇਸ਼ ਕੁਮਾਰ ਦੀ ਪੁੱਛਗਿੱਛ ਤੋਂ ਇਹ ਵੀ ਪਤਾ ਲੱਗਿਆ ਕਿ ਜਿਹੜੀ ਉਹਦੀ ਸਾਲੀ ਹਾਰ ਸੀਗੀ ਸ਼ਾਲੂ ਅਗਰਵਾਲ ਜੀ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਇਹ ਦੇ ਮੁਕਦਮੇ ਦੇ ਵਿੱਚ ਉਹਦੇ ਘਰ ਦੇ ਇੱਕ ਕੋਨੇ ਦੇ ਵਿੱਚ ਇੱਕ ਬੈਗ ਦੇ ਵਿੱਚ ਨੇ 10 ਲੱਖ ਰੁਪਏ ਵੀ ਰੱਖੇ ਸੀ ਜੋ ਨੇ ਅਨਲ ਰੋੜੇ ਨੇ ਇਹਨੂੰ ਦੱਸਿਆ ਸੀਗਾ ਉਮੇਸ਼ ਨੂੰ ਔਰ ਦੀ ਨਿਸ਼ਾਨਦੇਹੀ ਤੇ ਉਹ ਜਿਹੜੇ ਆ ਬਰਾਮਦ ਕਰ ਲਏ ਗਏ 10 ਲੱਖ ਰੁਪਏ ਵੀ ਜੋ ਕਿ ਐਨ ਐਲ ਰੋੜੇ ਦਾ ਸੀਗਾ ਉਹਨੇ ਆਪਣੇ ਭਜਨ ਵਾਸਤੇ ਇਹ ਪੈਸੇ ਲੈ ਸਾਈਡ ਤੇ ਰੱਖੇ ਹੋਏ ਸੀ ਕਿ ਮੈਨੂੰ ਜੋ ਵੀ ਛੁਪਣ ਦੇ ਵਿੱਚ ਜਾਂ ਕੋ ਲੀਗਲ ਹੈਲਪ ਲਾਈਨ ਦੇ ਵਿੱਚ ਕੀਤੀ ਜਾਵੇ ਪੁਲਿਸ ਜਿਹੜੀ ਹੈ ਲੁਧਿਆਣਾ ਕਮਿਸ਼ਨਰੇਟ ਪੁਲਿਸ ਸਾਡੇ ਮਾਨਯੋਗ ਡੀਜੀ ਸਾਹਿਬ ਦੇ ਸੀਐਮ ਸਾਹਿਬ ਦੇ ਸਭ ਦੇ ਆਦੇਸ਼ ਨੇ ਕਿ ਜਲਦੀ ਤੋਂ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਵੇ ਰ ਅਸੀਂ ਇਸ ਗੱਲ ਤੇ ਵਚਨਬੱਧ ਆ ਔਰ ਪੁਲਿਸ ਜਿਹੜੀ ਹੈ ਇਹਨੂੰ ਦਿਨ ਰਾਤ ਮਿਹਨਤ ਕਰ ਰਹੀ ਹੈ ਸਾਰੇ ਆਫੀਸਰਜ਼ ਵਕਫ ਵਕ ਟੀਮਾਂ ਦੇ ਇੰਚਾਰਜ ਲਾਏ ਗਏ ਨੇ ਔਰ ਬੜੀ ਜਲਦੀ ਅਸੀਂ ਹੌਪਫੁਲ ਆ ਕਿ ਇਹਨੂੰ ਗ੍ਰਿਫਤਾਰ ਕੀਤਾ ਜਾਏਗਾ